ਅਕਾਲ ਦਿਸ ਇਜ਼ ਮਨਦੀਪ ਐਂਡ ਯੂ ਆਰ ਵਾਚਿੰਗ ਗੂਗਲ ਬਾਲੀਵੁੱਡ ਅੱਜ ਗੱਲ ਕਰਦੇ ਆ ਪੰਜਾਬ ਦੀ ਸੁਨੱਖੀ ਮੁਟਿਆਰ ਬਲਜਿੰਦਰ ਕੌਰ ਯਾਨੀ ਕਿ ਕੌਰ ਬੀ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਕੌਰ ਬੀ ਨੇ 4 ਸਾਲ ਦੇ ਬਾਅਦ ਆਪਣਾ ਸ਼ੌਕ ਪੂਰਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਕੌਰ ਬੀ ਜਿੰਨੀ ਸੁਨੱਖੀ ਆਪ ਹੈ ਓਨੀਆਂ ਹੀ ਸੁਨੱਖੀਆਂ ਉਹਨਾਂ ਦੀਆਂ ਮਨਮੋਹਕ ਅਦਾਵਾਂ ਵੀ ਨੇ ਕੌਰ ਬੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਜਿਸ ਕਰਕੇ ਉਹਨਾਂ ਦੀ ਫੈਨ ਫੋਲੋਇੰਗ ਦੀ ਲਿਸਟ ਵੀ ਬੜੀ ਲੰਮੀ ਹੈ ਤੁਹਾਨੂੰ ਦੱਸ ਦਈਏ ਕਿ ਲੋਕਡਾਊਨ ਦੇ ਚੱਲਦੇ ਆ ਸਾਰੇ ਕੰਮ ਬੰਦ ਹੋਏ ਪਏ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਕੌਰ ਬੀ ਆਪਣਾ ਸਾਰਾ ਸਮਾਂ ਆਪਣੇ ਪਿੰਡ ਦੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਿਤਾ ਰਹੀ ਹੈ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਟਰੈਕਟਰ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਜੰਮ ਕੇ ਵਾਇਰਲ ਵੀ ਹੋ ਰਿਹਾ ਹੈ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ਜਿੱਦਾਂ ਦਾ ਮਾਹੌਲ ਹੋਵੇ ਉਦਾਂ ਦਾ ਹੀ ਹੋ ਜਾਂਦਾ ਮੈਂ ਟਰੈਕਟਰ ਦੀ ਲਾਸਟ ਵੀਡੀਓ 2016 ਚ ਪੋਸਟ ਕੀਤੀ ਸੀ ਤੇ ਹੁਣ ਉਸ ਤੋਂ ਬਾਅਦ 4 ਸਾਲ ਬਾਅਦ ਮੈਨੂੰ ਦੁਬਾਰਾ ਮੌਕਾ ਮਿਲ ਰਿਹਾ ਹੈ ਆਪਣਾ ਸ਼ੌਕ ਪੂਰਾ ਕਰਨ ਦਾ ਤੇ ਕੌਰ ਵੀ ਇਸ ਵੀਡੀਓ ਦੇ ਵਿੱਚ ਕਾਫੀ ਖੁਸ਼ ਨਜ਼ਰ ਆ ਰਹੀ ਹੈ ਤੇ ਫੈਨਸ ਵੀ ਬੜੇ ਵਧੀਆ ਵਧੀਆ ਕਮੈਂਟਸ ਕਰ ਰਹੇ ਨੇ ਜੇਕਰ ਕੌਰ ਵੀ ਦੇ ਗੀਤਾਂ ਦੀ ਗੱਲ ਕਰੀਏ ਤਾਂ 2013 ਦੇ ਵਿੱਚ ਕਲਾਸਮੇਟ ਗੀਤ ਤੋਂ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਕੌਰ ਵੀ ਨਹੀਂ ਠਹਿਰੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਬਹੁਤ ਵਧੀਆ ਵਧੀਆ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਵਿੱਚ ਪਾਏ ਨੇ ਜੇਕਰ ਕੌਰ ਵੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਮਿੱਤਰਾਂ ਦੇ ਬੂਟ ਜੋ ਕਿ ਉਹਨਾਂ ਨੇ ਜੈਜ਼ੀ ਬੀ ਦੇ ਨਾਲ ਗਾਇਆ ਸੀ ਸੁਨੱਖੀ ਤੇਰੀ ਵੇਟ ਫੁਲਕਾਰੀ ਬੈਲੀ ਜੱਟ ਮਿਸ ਯੂ ਵਰਗੇ ਗੀਤਾਂ ਦੇ ਨਾਲ ਕੌਰ ਵੀ ਪੰਜਾਬੀ ਇੰਡਸਟਰੀ ਦੀ ਰਾਣੀ ਬਣੀ ਹੋਈ ਹੈ ਇਹ ਕਹਿਣਾ ਬਿਲਕੁਲ ਠੀਕ ਹੀ ਹੋਵੇਗਾ ਕਿ ਕੌਰ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਿਲ ਹੈ ਜੋ ਬਹੁਤ ਘੱਟ ਸਮੇਂ ਦੇ ਵਿੱਚ ਵੱਡਾ ਨਾਮ ਕਮਾ ਲੈਂਦੇ ਨੇ ਇਸੇ ਤਰ੍ਹਾਂ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਲੇਟੈਸਟ ਅਪਡੇਟ ਜਾਣਨ ਲਈ ਤੁਸੀਂ ਜੁੜੇ ਰਹੋ ਗੂਗਲ ਬਾਲੀਵੁੱਡ ਦੇ ਨਾਲ